ਪੰਜਾਬ ਸਰਕਾਰ ਨੇ ਇੱਕ ਹੋਰ ਜੂਟਰਨ ਲੈ ਲਿਆ ਪੰਜਾਬ ਸਰਕਾਰ ਨੇ ਪੰਚਾਇਤਾਂ ਦੇ ਮਸਲੇ ਦੇ ਵਿੱਚ ਜਿਹੜੀਆਂ ਭੰਗ ਕਰਵਾਉਣ ਦਾ ਫੈਸਲਾ ਲਿਆ ਸੀ ਹਾਈ ਕੋਰਟ ਚ ਕੇਸ ਚਲਾ ਜਾਂਦਾ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਰੀ ਹੁੰਦੀ ਆ ਤੇ ਫਿਰ ਸਰਕਾਰ ਨੇ ਗੁੱਸਾ ਕੱਢ ਦਿੱਤਾਗਾ ਮਹਿਕਮੇ ਦੇ ਦੋ ਵੱਡੇ ਅਫਸਰਾਂ ਤੇ ਇੱਕ ਸੀ ਮਹਿਕਮੇ ਦਾ ਡਾਇਰੈਕਟਰ ਤੇ ਦੂਜਾ ਸੀ ਮਹਿਕਮੇ ਦਾ ਸਕੱਤਰ ਹੁਣ ਕਿਉਂਕਿ ਜੇ ਆਈਐਸ ਅਫੀਸਰ ਨੂੰ ਤੁਸੀਂ ਸਸਪੈਂਡ ਕਰਦੇ ਹੋ ਤੇ 30 ਦਿਨ ਦੇ ਵਿੱਚ ਵਿੱਚ ਸਰਕਾਰ ਨੇ ਸੈਂਟਰਲ ਸਰਕਾਰ ਨੂੰ ਫਾਈਲ ਭੇਜਣੀ ਹੁੰਦੀ ਹੈ ਕਿਉਂਕਿ ਆਈਐਸ ਤੇ ਆਈਪੀਐਸ ਦੀ ਜਿਹੜੀ ਕੰਟਰੋਲਿੰਗ ਅਥਾਰਟੀ ਆ ਉਹ ਭਾਰਤ ਸਰਕਾਰ ਹੁੰਦੀ ਆ ਲੇਕਿਨ ਇਸ ਮਸਲੇ ਦੇ ਵਿੱਚ ਸਰਕਾਰ ਨੇ ਹਜੇ ਤੱਕ ਫਾਈਲ ਨਹੀਂ ਭੇਜੀ ਸੀ ਕਿਉਂਕਿ ਅੱਜ ਪੂਰੇ 1 ਮਹੀਨੇ ਹੋ ਚੁੱਕਾ ਲੇਕਿਨ ਨਾਲ ਦੇ ਨਾਲ ਜੋ ਖਬਰ ਮਿਲੀ ਆ ਕਿ ਸਰਕਾਰ ਨੇ ਖਾਸ ਕਰਕੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਾਗ ਦੇ ਜਿਹੜੇ ਸਿਕੱਤਰ ਸੰਡੀ ਕੇ ਤਵਾੜੀ ਉਹਨਾਂ ਨੂੰ ਬਹਾਲ ਕਰ ਦਿੱਤਾ ਪਰ ਜਿਹੜੇ ਡਾਇਰੈਕਟਰ ਸਨ ਗੁਰਪ੍ਰੀਤ ਸਿੰਘ ਖੈਰਾ ਉਹਨਾਂ ਨੂੰ ਹਲੇ ਇੰਤਜ਼ਾਰ ਕਰਨਾ ਪਏਗਾ ਸਰਕਾਰ ਵੱਲੋਂ ਇਹੜਾ ਫੈਸਲਾ ਲਿਆ ਗਿਆ ਇਸ ਮਸਲੇ 'ਚ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਵਧੀਕ ਮੁਖਸਕਤਰ ਰੈਂਕ ਦੇ ਅਧਿਕਾਰੀ ਸਨ ਡੀਕੇ ਤਵਾੜੀ ਉਹਨਾਂ ਦਾ ਜਿਹੜੀ ਸਸਪੈਂਸ਼ਨ ਆ ਮੁਕਤਲੀਆ ਉਹ ਸਰਕਾਰ ਨੇ ਖਤਮ ਕਰ ਦਿੱਤੀ ਆ ਉਹਨਾਂ ਨੂੰ ਬਹਾਲ ਕਰਨ ਦੀ ਜਿਹੜੀ ਫਾਈਲ ਆ ਉਹ ਕਲੀਅਰ ਕਰ ਦਿੱਤੀ ਆ ਤੇ ਇਸ ਮਸਲੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਫਾਈਲ ਤੇ ਆਪਣੇ ਹਰੇ ਪੈਨ ਦੇ ਨਾਲ ਉਹ ਗੀ ਵੀ ਮਾਰ ਦਿੱਤੀ ਆ ਮਤਲਬ ਦਸਕਤ ਵੀ ਕਰ ਦਿੱਤੇ ਨੇ ਪਰ ਨਾਲ ਦੀ ਨਾਲ ਹਾਲੇ ਵਪਾਗ ਦੇ ਜਿਹੜੇ ਡਾਇਰੈਕਟਰ ਨੇ ਗੁਰਪ੍ਰੀਤ ਸਿੰਘ ਖਹਿਰਾ ਉਹਨਾਂ ਨੂੰ ਹਾਲੇ ਇੰਤਜ਼ਾਰ ਕਰਨਾ ਪਏਗਾ ਕਿ ਉਹਨਾਂ ਦੀ ਜਿਹੜੀ ਮੁਤਲਿਆ ਉਹ ਕਦੋਂ ਬਹਾਲ ਹੁੰਦੀ ਆ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਮੁਤਲਿ ਹਜੇ ਸੰਭਾ ਲੱਗ ਸਕਦਾ ਹੈ ਲੇਕਿਨ ਡੀ ਕੇ ਤਵਾੜੀ ਉਹਨਾਂ ਦੀ ਜਿਹੜੀ ਸਸਪੈਂਸ਼ਨ ਆ ਉਹ ਹਟਾ ਦਿੱਤੀ ਗਈ ਆ ਅਸਲ ਦੇ ਵਿੱਚ ਜਦੋਂ ਪੰਚਾਇਤਾਂ ਭੰਗ ਕੀਤੀਆਂ ਗਈਆਂ ਸੀ ਪੰਚਾਇਤਾਂ ਭੰਗ ਕਰਨ ਤੋਂ ਬਾਅਦ ਸਰਕਾਰ ਨਿਸ਼ਾਨੇ ਤੇ ਆ ਗਈ ਸੀ ਹਾਈ ਕੋਰਟ ਦੇ ਵਿੱਚ ਦੋ ਪਟੀਸ਼ਨਾਂ ਚੱਲੀਆਂ ਸੀ ਤੇ ਉਸ ਮਸਲੇ ਦੇ ਵਿੱਚ ਸਰਕਾਰ ਨੂੰ ਫਿਰ ਯੂ ਟਰਨ ਲੈਣਾ ਪਿਆ ਤੇ ਉਹ ਸਰਕਾਰ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਸੀ ਕਿ ਆਖਰ ਸਰਕਾਰ ਦਾ ਜਿਹੜਾ ਪੋਲੀਟੀਕਲ ਫੈਸਲਾ ਸੀ ਉਹ ਕਿਉਂ ਨਹੀਂ ਹਕੀਕਤ ਦੇ ਰੂਪ ਵਿੱਚ ਲਾਗੂ ਹੋਇਆ ਜਿਸ ਕਰਕੇ ਸਰਕਾਰ ਦੀ ਜਿੱਥੇ ਕਿਰਕਰੀ ਹੋਈ ਉੱਥੇ ਸਰਕਾਰ ਦਾ ਗੁੱਸਾ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਉਸ ਗੁੱਸੇ ਨੂੰ ਠੰਡਾ ਕਰਨ ਵਾਸਤੇ ਫਿਰ ਸਰਕਾਰ ਨੇ ਕੀ ਕੀਤਾ ਉਹ ਭਾਗ ਦੇ ਜਿਹੜੇ 77 ਸਨ ਜਿਹੜੇ ਵਧੀਕ ਮੁਖ ਸਕੰਤਰ ਰੈਂਕ ਦੇ ਅਧਿਕਾਰੀ ਸੀ ਡੀਕੇ ਤਵਾੜੀ ਤੇ ਨਾਲ ਦੀ ਨਾਲ ਗੁਰਪ੍ਰੀਤ ਸਿੰਘ ਖਹਿਰਾ ਉਹਨਾਂ ਦੋਨਾਂ ਨੂੰ ਮੁਤਲ ਕਰਕੇ ਆਪਣਾ ਜਿਹੜਾ ਗੁੱਸਾ ਉਹਨਾਂ ਨੇ ਠੰਡਾ ਕੀਤਾ ਆਪਣੇ ਮਨ ਨੂੰ ਸ਼ਾਂਤ ਕੀਤਾ ਸੀ ਪਰ ਨਾਲ ਦੀ ਨਾਲ ਉਸੇ ਦੇ ਨੇ ਖਬਰ ਇੱਕ ਹੋਰ ਦਸਤਾਵੇਜ਼ ਡੋਟ ਡਿਪਾਰਟਮੈਂਟ ਦਾ ਲੀਕ ਹੋ ਗਿਆ ਜਿਹਦੇ ਚ ਜਿੱਥੇ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਸਤਾਵੇਜ਼ ਸਨ ਜਿੱਥੇ ਵਿਭਾਗ ਦੇ 72 ਡੀ ਕੇ ਤਵਾੜੀ ਦੇ ਦਸਤਕਦ ਸਨ ਉੱਥੇ ਹੀ ਉਸ ਫਾਈਲ ਤੇ ਜਿਹੜੇ ਮਹਿਕਮੇ ਦੇ ਮੰਤਰੀ ਸਨ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਵੀ ਦਸਤਕਦ ਸਨ ਤੇ ਨਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੀ ਦਸਤਕਦ ਸਨ ਸਰਕਾਰ ਦੀ ਫੇਰ ਕਿਰਕਰੀ ਹੋਈ ਔਰ ਜਿਹੜਾ ਪੇਪਰ ਲੀਕ ਹੋਇਆ ਉਸ ਲੀਕ ਪੇਪਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਈਐਸ ਅਫਸਰਾਂ ਤੋਂ ਕਾਫੀ ਖਫਾ ਨਾਰਾਜ਼ ਹੋਏ ਕਿ ਆਖਰੀ ਜਿਹੜਾ ਸਰਕਾਰ ਦਾ ਜਿਹੜਾ ਦਸਤਾਵੇਜ਼ ਆ ਉਹ ਕਿਵੇਂ ਲੀਕ ਹੋ ਗਿਆ ਹਾਲਾਂਕਿ ਉਹ ਵੀ ਬੰਦਾ ਲੱਭਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ ਲੇਕਿਨ ਗੱਲ ਨਹੀਂ ਬਣੀ ਕਿ ਆਖਰ ਕਿਹੜੇ ਕੁਰਸੀ ਤੋਂ ਜਾਂ ਕਿਹੜੇ ਦਫਤਰ ਤੋਂ ਇਹ ਪੇਪਰ ਇਹ ਪੇਪਰ ਜਿਹੜਾ ਲੀਕ ਹੋਇਆ ਇਸ ਕਰਕੇ ਸਰਕਾਰ ਜਿਹੜੀ ਕਿਰਕ੍ਰੀ ਮੁੱਖ ਮੰਤਰੀ ਸਾਹਿਬ ਨਾਰਾਜ਼ ਵੀ ਦਿਖੇ ਕਿ ਆਖਰ ਸਰਕਾਰੀ ਦਸਤਾਵੇਜ਼ ਪਬਲਿਕ ਡੋਮੇਨ ਚ ਕਿਵੇਂ ਚਲਾ ਗਿਆ ਹਾਲਾਂਕਿ 28 ਅਗਸਤ ਨੂੰ ਹੀ ਹਾਈ ਕੋਰਟ ਨੇ ਰਾਜ ਸਰਕਾਰ ਦੇ ਫੈਸਲੇ ਨੂੰ ਉਲਟਾ ਦਿੱਤਾ ਸੀ ਸਰਕਾਰ ਨੇ ਉੱਥੇ ਖੁਰਦ ਦੀ ਜੂਟਰ ਲੈ ਲਿਆ ਸੀ ਕਿ ਅਸੀਂ ਪੰਚਾਇਤਾਂ ਬਹਾਲ ਕਰ ਦਿੰਦੇ ਹਾਂ ਲੇਕਿਨ ਕਿਰਕਰੀ ਹੋਈ ਤੇ ਫਿਰ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਵਿਭਾਗ ਦੇ 77 ਡੀ ਕੇ ਤਵਾੜੀ ਨਾਲ ਦੇ ਡਾਇਰੈਕਟਰ ਨੂੰ ਉਹਨਾਂ ਨੂੰ ਮਤਲਦ ਕਰ ਦਿੱਤਾਗਾ ਵੈਸੇ ਜਦੋਂ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਕਰੀਬ 18 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਸਾਹਿਬ ਸਰਕਾਰ ਦੇ ਸਭ ਤੋਂ ਵੱਡਾ ਐਕਸ਼ਨ ਸੀ ਬਿਊਰੋਕ੍ਰੇਸੀ ਦੇ ਖਿਲਾਫ ਅਫਸਰਾਂ ਦੇ ਖਿਲਾਫ ਆਈਐਸ ਅਫਸਰਾਂ ਦੇ ਖਿਲਾਫ ਇੱਕ ਵੱਡਾ ਕਦਮ ਸੀ ਕਿ ਜਦ ਇੱਕ ਵਧੀਕ ਮੁਖ 77 ਰੈਂਕ ਦੇ ਅਧਿਕਾਰੀ ਤੇ ਇੱਕ 77 ਰੈਂਕ ਦੇ ਅਧਿਕਾਰੀ ਨੂੰ ਇੱਕੋ ਵੇਲੇ ਇੱਕੋ ਸਮੇ ਮਤਲ ਕਰ ਦਿੱਤਾ ਹੋਵੇ ਹਾਲਾਂਕਿ ਜਿੱਦਣ ਡੀਕੇ ਤਵਾੜੀ ਹੋਣਾ ਨੂੰ ਪੰਜਾਬ ਸਰਕਾਰ ਵੱਲੋਂ ਮਤਲ ਕੀਤਾ ਗਿਆ ਸੀ ਤੇ ਡੀਕੇ ਤਵਾੜੀ ਉਹਨਾਂ ਦਿਨਾਂ ਵਿੱਚ ਵਿਦੇਸ਼ ਵਿੱਚ ਟ੍ਰੇਨਿੰਗ ਚ ਭਾਗ ਲੈ ਰਹੇ ਸਨ ਉਹਨਾਂ ਨੂੰ ਉੱਥੇ ਹੀ ਖਬਰ ਪਹੁੰਚੀ ਕਿ ਤੁਹਾਨੂੰ ਤਾਂ ਮਤਲ ਕਰ ਦਿੱਤਾ ਗਿਆ ਹਾਲਾਂਕਿ ਇਸ ਤੋਂ ਪਿੱਛੇ ਮਸਲੇ ਹੋਰ ਵੀ ਸੀ ਕਿ ਆਖਰ ਕਿਉਂ ਉਹਨਾਂ ਨੂੰ ਮਤਲ ਕੀਤਾ ਗਿਆ ਔਰ ਇਸ ਬਾਅਦ ਜਦੋਂ ਹਾਈ ਕੋਰਟ ਦੇ ਵਿੱਚ ਪੰਚਾਇਤਾਂ ਨੂੰ ਭੰਗ ਕਰਨ ਦੇ ਮਾਮਲੇ ਵਿੱਚ ਸਰਕਾਰ ਦੀ ਬੁਰੀ ਤਰ੍ਹਾਂ ਕਿਰਕਰੀ ਹੋਈ ਤਾਂ ਫਿਰ ਅਗਲੇ ਦਿਨ ਫਾਈਲ ਦੀ ਜਿਹੜੀ ਨੋਟਿੰਗ ਆ ਉਹ ਲੀਕ ਹੋ ਗਈ ਜਿਸ ਕਰਕੇ ਸਰਕਾਰ ਨੂੰ ਹੋਰ ਗੁੱਸਾ ਚੜ ਗਿਆ ਇਹਦੇ ਵਿੱਚ ਪੰਚਾਇਤਾਂ ਨੂੰ ਭੰਗ ਕਰਨ ਦੇ ਆਦੇਸ਼ ਤੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਦਸਕਸਨ ਉੱਥੇ ਹੀ ਕੈਬਨ ਮੰਤਰੀ ਜਿਹੜੇ ਮਹਿਕਮੇ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਣਾ ਦੇਵੇ ਜਿਗਰ ਜੋਗ ਹੈ ਕਿ ਕਿਸੇ ਵੀ ਆਈਐਸ ਅਫਸਰ ਤੇ ਕਾਰਵਾਈ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਹੀ ਫਿਰ ਮਨਜ਼ੂਰੀ ਲੈਣੀ ਪੈਂਦੀ ਹੈ ਅਗਰ ਇਹ ਮਨਜ਼ੂਰੀ ਨਹੀਂ ਆਂਦੀ ਤਾਂ ਅਧਿਕਾਰੀ 1 ਮਹੀਨੇ ਬਾਅਦ ਆਟੋਮੈਟਿਕ ਹੀ ਬਹਾਲ ਹੋ ਜਾਂਦਾ ਤੇ ਗੁਰਪ੍ਰੀਤ ਸਿੰਘ ਖੈਰਾ ਦੇ ਮਾਮਲੇ 'ਚ ਸਰਕਾਰ ਨੇ ਉਹਨਾਂ ਦਾ ਹਾਲੇ ਜਿਹੜਾ ਸਸਪੈਂਸ਼ਨ ਆ ਉਹ ਵਧਾ ਦਿੱਤੀ ਹੈ ਇਸ ਮਸਲੇ ਦੇ ਵਿੱਚ ਕੋਈ ਵੀ ਜਿਹੜਾ ਅਧਿਕਾਰੀ ਫਿਲਹਾਲ ਬੋਲਣ ਨੂੰ ਤਿਆਰ ਨਹੀਂ ਹਨ ਲੇਕਿਨ ਡੀਕੇ ਤਵਾੜੀ ਅਤੇ ਗੁਰਪ੍ਰੀਤ ਸਿੰਘ ਖੈਰਾ ਤੋਂ ਇਲਾਵਾ ਇਹ ਵੀ ਮੰਨਿਆ ਜਾ ਰਿਹਾ ਕਿ ਲਗਭਗ 1 ਦਰਜਨ ਤੋਂ ਵੱਧ ਜਿਹੜੇ ਅਧਿਕਾਰੀ ਨੇ ਖਾਸ ਕਰਕੇ ਆਈਐਸ ਅਫੀਸਰ ਜਾਂ ਪੀਸੀਐਸ ਅਫੀਸਰ ਉਹਨਾਂ ਨੂੰ ਹਲੇ ਤੱਕ ਸਰਕਾਰ ਨੇ ਕੋਈ ਪੋਸਟਿੰਗ ਨਹੀਂ ਦਿੱਤੀ ਹੈਗੀ ਪਿਛਲੇ ਮਹੀਨੇ ਜਦੋਂ ਸੂਬਾ ਸਰਕਾਰ ਨੇ ਵੱਡੇ ਪੱਦਰ ਤੇ ਬਦਲੀਆਂ ਕੀਤੀਆਂ ਉਹਨਾਂ ਵਿੱਚ ਕਈ ਅਧਿਕਾਰੀਆਂ ਨੂੰ ਅਹਿਮ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ ਲੇਕਿਨ ਹਾਲੇ ਤੱਕ ਉਹਨਾਂ ਨੂੰ ਪੋਸਟਿੰਗ ਨਹੀਂ ਦਿੱਤੀ ਗਈ ਹਵਾ ਦੇ ਵਿੱਚ ਹੀ ਇਹ ਅਧਿਕਾਰੀ ਲਟਕ ਰਹੇ ਨੇ ਇਹਨਾਂ ਵਿੱਚ ਸਭ ਤੋਂ ਵੱਧ ਜਿਹੜੇ ਅਹਿਮ ਨਾਮ ਆ ਉਹ ਹੈਗਾ ਨੀਲਕੰਠ ਅਵਧ ਜੋ ਕਿ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸਨ ਲੇਕਿਨ ਉਹਨਾਂ ਦੀ ਜਗ੍ਹਾ ਕਿਸੇ ਨੂੰ ਦਿੱਤੀ ਅ ਅਡੀਸ਼ਨਲ ਤੌਰ ਤੇ ਪ੍ਰਿੰਕ ਭਾਰਤੀ ਨੂੰ ਹੀ ਲੋਕ ਨਿਰਮਾਣ ਵਿਭਾਗ ਦਾ ਸਕੱਤਰ ਲਗਾਇਆ ਗਿਆ ਲੇਕਿਨ ਨੀਲ ਕੰਠ ਨੂੰ ਹਾਲੇ ਤੱਕ ਪੋਸਟਿੰਗ ਦਿੱਤੀ ਇਸੇ ਤਰ੍ਹਾਂ ਅ ਪੀਐਸ ਆਈਸੀਸੀ ਦੇ ਜਿਹੜੇ ਐਮਡੀ ਨਿਮਨਜੀਤ ਸਿੰਘ ਬਰਾੜ ਉਹ ਉਹ ਵੀ ਇੱਕ ਮਹੀਨੇ ਪਿਛਲੇ ਇੱਕ ਮਹੀਨੇ ਤੋਂ ਪੋਸਟਿੰਗ ਦਾ ਇੰਤਜ਼ਾਰ ਕਰ ਰਹੇ ਨੇ ਔਰ ਪੀਐਸ ਆਈਐਸ ਪੁਲਾੜ ਘਟਾਲੇ ਚ ਜਿਹੜੀ ਨਾਮਜਦਾ ਨੀਲਮਾ ਨੀਲਮਾ ਨੂੰ ਵੀ ਹਲੇ ਤੱਕ ਸਰਕਾਰ ਨੇ ਪੋਸਟਿੰਗ ਨਹੀਂ ਦਿੱਤੀ ਹਾਲਾਂਕਿ ਇਸ ਮਾਮਲੇ 'ਚ ਸੁਪਰੀਮ ਕੋਰਟ ਤੋਂ ਰਾਹਤ ਵੀ ਮਿਲ ਚੁੱਕੀ ਹੈ 2014 ਬੈਚ ਦੀ ਆਈਐਸ ਅਫਸਰ ਅਮਰਤਾ ਸਿੰਘ ਅਤੇ 2016 ਬੈਚ ਦੀ ਆਈਐਸ ਅਫਸੇਰੀ ਨੀਰੂ ਕਤਿਆਲ ਗੁਪਤਾ ਨੂੰ ਵੀ ਹਲੇ ਤੱਕ ਸਰਕਾਰ ਨੇ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਪੀਐਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਸੁਖਜੀਤ ਪਾਲ ਸਿੰਘ ਹਰਜੋਤ ਕੌਰ ਅਤੇ ਨੈਨ ਭੁੱਲਰ ਨੂੰ ਵੀ ਹਲੇ ਤੱਕ ਕੋਈ ਪੋਸਟਿੰਗ ਨਹੀਂ ਦਿੱਤੀ ਹੈਗੀ ਉਹ ਵੀ ਹਲੇ ਇੰਤਜ਼ਾਰ ਕਰ ਰਹੇ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਹਾਲਾਂਕਿ ਪਿਛਲੇ ਦਿਨ ਦੋ ਜਿਹੜੇ ਅਫਸਰ ਬਦਲੇ ਨੇ ਜਿਨ੍ਹਾਂ ਦੇ ਵਿੱਚ ਮੁਕਸਰ ਤੇ ਤਰਨਤਾਰ ਦੇ ਐਸਐਸਪੀ ਤੇ ਨਾਲ ਦੀ ਨਾਲ ਸਰਕਾਰ ਨੇ ਦੋ ਐਸਡੀਐਮ ਵੀ ਬਦਲੇ ਸੀ ਜਿਨ੍ਹਾਂ ਚ 2020 ਬੈਚ ਦੇ ਆਈਐਸ ਅਫਸਰ ਕੁਮਾਰ ਨੂੰ ਬਦਲਿਆ ਉਹਨਾਂ ਨੂੰ ਫਾਜ਼ਲਕਾ ਤੋਂ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ 2 ਏਡੀਸੀ ਲਗਾਇਆ ਗਿਆ ਜਦਕਿ ਵਿਪਨ ਪਡਾਰੀ ਨੂੰ ਐਸਡੀਐਮ ਫਾਜ਼ਲਕਾ ਲਗਾਇਆ ਗਿਆ ਲੇਕਿਨ ਕੁੱਲ ਮਿਲਾ ਕੇ ਇਸ ਮਸਲੇ ਦੇ ਵਿੱਚ ਡੀ ਕੇ ਤਵਾੜੀ ਦੀ ਬਹਾਲੀ ਹੋ ਚੁੱਕੀ ਹੈ ਗੁਰਪ੍ਰੀਤ ਸਿੰਘ ਖਹਿਰਾ ਨੂੰ ਹਲੇ ਇੰਤਜ਼ਾਰ ਕਰਨਾ ਪਏਗਾ ਦੈਨਿਕ ਜਾਗਰਣ ਦੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਹੋਣਾ ਦੀ ਖਬਰ ਦੱਸਦੀ ਆ ਕਿ ਜਿੱਥੇ ਡੀ ਕੇ ਤਵਾੜੀ ਹੋਣਾਂ ਦੀ ਬਹਾਲੀ ਹੋ ਗਈ ਆ ਉੱਥੇ ਗੁਰਪ੍ਰੀਤ ਸਿੰਘ ਖਹਿਰਾ ਨੂੰ ਇੰਤਜ਼ਾਰ ਕਰਨਾ ਪਏਗਾ ਲੇਕਿਨ ਦਰਜਨ ਤੋਂ ਵੱਧ ਜਿਹੜੇ ਪੀਸੀਐਸ ਤੇ ਆਈਐਸ ਆਫੀਸਰ ਜਿਨ੍ਹਾਂ ਦੇ ਤਬਾਦਲ ਹੋਏ ਲੇਕਿਨ ਹਾਲੇ ਤੱਕ ਸਰਕਾਰ ਨੇ ਉਹਨਾਂ ਨੂੰ ਪੋਸਟਿੰਗ ਨਹੀਂ ਦਿੱਤੀ ਹੈਗੀ ਦੇਖਦਿਆ ਡੀ ਕੇ ਤਵਾੜੀ ਦੇ ਮਸਲੇ ਦੇ ਵਿੱਚ ਸਰਕਾਰ ਨੂੰ ਜੂਟਣ ਲੈਣਾ ਪਿਆ ਤੇ ਗੁਰਪ੍ਰੀਤ ਸਿੰਘ ਖਹਿਰਾ ਨੂੰ ਸਰਕਾਰ ਕਦੋਂ ਬਹਾਲ ਕਰਦੀ ਆ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ